ਮਾੜਾ ਭਰਾ ਖਫਾ ਹੋਇਆ ਪਿਆ, ਕੰਡ ਕੀਤੀ ਫੀਸ ਕਿਉਂ ਕੰਡ ਕੀਤੀ? ਵੀ ਮੈਂ ਪਹਿਲੇ ਦੱਸ ਸੀ 150 ਰੁਪਏ ਦਾਣਾ, 4 ਕਿਲੋ, 5 ਕਿਲੋ ਦਾ ਦਾਣਾ। ਦੱਸੋ ਗੱਲਾਂ ਕਰ ਸਾਂ ਖਰੀਆਂ ਸਾਫ ਸੱਚੀਆਂ ਤੇ ਸੁੱਚੀਆਂ। ਅਸਲਾਮ ਅਲੈਕੁਮ ਵੀਰੋ ਪ੍ਰੋ, ਕੀ ਹਾਲ ਹੈ? ਠੀਕ ਹੋ? ਮਾੜਾ ਭਰਾ ਖਫਾ ਹੋਇਆ ਪਿਆ, ਕੰਡ ਕੀਤੀ ਫੀਸ ਕਿਉਂ ਕੰਡ ਕੀਤੀ? ਵੀ ਮੈਂ ਪਹਿਲੇ ਦੱਸ ਸਹੀ ਮੇਰਾ ਵੀ ਨਾ ਕੀ ਨਾ ਕੀ ਸ਼ਬਾਜ਼ ਸ਼ਬਾਜ਼ ਕਿਉਂ ਦਿਲ ਖਫਾ? ਦਿਲ ਨਹੀਂ ਖਫਾ, ਬਸ ਜੋ ਬਾਜ਼ਾਰ ਹੀ ਕੋਈ ਨਹੀਂ ਅਜੋ ਅਲਾ ਬਹੁਤ ਮਾੜਾ ਬਾਜ਼ਾਰ ਹੈ। ਗਾਜ਼ੀ ਹੋ ਗਿਆ ਉਹਦੇ ਪਰੇ, ਸਵਾਬੀ ਜੰਗੀਰੀ ਤਾਂ ਜਾਲਾ ਨੇ। ਵੈਸੇ ਤੁਸੀਂ ਵੀ ਦੱਸਣਾ ਕਿ ਜਿਹੜਾ ਦੁਆਣੇ ਵਿੱਚ ਜਾਲਾ ਆ ਵੀਨਾ, ਉਹ ਕਦੋਂ ਆਉਣਾ, ਕਿਹੜੇ ਮੌਸਮ ਵਿੱਚ ਆਉਣਾ, ਕਿਹੜੇ ਸੀਜ਼ਨ ਵਿੱਚ ਆਉਣਾ, ਔਰ ਕਿਹੜੇ ਇਲਾਕੇ ਨੇ ਵਿੱਚ ਆਉਣਾ, ਅਤੇ ਹੁਣ ਕਿਸ ਤਰ੍ਹਾਂ ਕਿਲੋ, 1 ਕਿਲੋ ਦਾ ਕੀ ਰੇਟ? ਕੀ 50 ਰੁਪਏ 50 ਰੁਪਏ ਕਿਲੋ ਅਤੇ ਰੇਟ ਆਪ ਵੀ ਹੋਣੇ ਰਹਿੰਦੇ, ਡਾਊਨ ਵੀ ਹੋਣੇ ਰਹਿੰਦੇ, ਅਤੇ ਇਸ ਤਰ੍ਹਾਂ ਟਾਈਮ ਕਿਤਨਾ ਕੁਝ ਰਹਿ ਗਿਆ, ਹੋਰ ਕਿਤਨੇ ਟਾਈਮ ਚੱਲ ਸੀ ਖਤਮ ਹੋਵੇ? ਬਹੁਤ ਟਾਈਮ ਤਕਰੀਬਨ ਰਹਿ ਗਿਆ ਸਾਂ, 1.5 ਮਹੀਨਾ ਰਹਿਣਾ ਸੀ। ਐਂਡ ਲੱਗਾ ਪਿਆ ਪਿਆ ਮਾਸ਼ਾਅੱਲਾ ਜੀ। ਖਾਣਾ ਚਾਹੀਦਾ ਮੌਸਮੀ ਜਿਹੜਾ ਵੀ ਫਰੂਟ ਆਉਣਾ ਨਾ, ਅਤੇ ਉਸ ਸ਼ੌਕ ਔਰ ਲਗਨ ਨਾਲ ਖਾਣਾ ਚਾਹੀਦਾ, ਔਰ ਉਸ ਸਿਹਤ ਮਾਰੋ ਕਾਫੀ ਬਿਹਤਰ ਹੋਣਾ। ਬਗੈਰ ਮੌਸਮੀ ਜਿਹੜੀ ਚੀਜ਼ ਤੁਸੀਂ ਇਸਤੇਮਾਲ ਕਰ ਸੋ, ਡੈਫੀਨੇਟਲੀ ਉਸ ਨਾਲ ਨੈਗੇਟਿਵ ਤੁਸੀਂ ਇੰਪੈਕਟ ਪੈ ਸੀ। ਇਸੇ ਤਰ੍ਹਾਂ ਦੀ ਵੀਡੀਓ ਆਉਂਦੀਆਂ ਰਹਿਣੀਆਂ, ਪੇਜ 'ਚ ਲਾਈਕ ਕਰੋ, ਫੋਲੋ ਕਰੋ, ਕਮੈਂਟ ਵਿੱਚ ਆਪਣੀ ਰਾਏ ਤੁਸੀਂ ਜ਼ਰੂਰ ਦੇਣੀ। ਮਿਲਦੇ ਨੈਕਸਟ ਵੀਕ, ਫੀ ਅਮਾਨ ਪਾਕਿਸਤਾਨ ਜ਼ਿੰਦਾਬਾਦ।